ਸਹੀ ਹੈ, ਤੇਰੋ ਹੀ ਮਾਣ ਅਰਤਾਨ, ਤੇਰੋ ਹੀ ਆਸ ਭਰੋਸਾ ਕਹੀਐ। ਨਿਮਾਣੇ ਕੋ ਮਾਣ, ਨਿਤਾਣੇ ਕੋ ਤਾਣ, ਨਿਥਾਵੇ ਕੋ ਥਾਨ, ਤੂੰ ਹੀ ਸਭ ਗਈਐ। ਪਾਪ ਪਰੋਂ ਪਰਮੇਸ਼ਰ ਤੋਹੇ ਕਹਿ, ਬਾਰੰਬਾਰ ਤੁਝੈ ਬਲ ਜਈਐ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਪਿਆਰੇ ਖਾਲਸਾ ਜੀਓ, ਗਿਆਨੀ ਤਰਸੇਮ ਸਿੰਘ ਮੋਰਾਵਾਲੀ ਦੇ ਢਾਡੀ ਜਥੇ ਦੀ ਦੋਨੋਂ ਹੱਥ ਜੋੜ ਕੇ ਬੁਲਾਈ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨੰਦਪੁਰ ਸਾਹਿਬ ਦੀ ਧਰਤੀ ਜਿਹਨੇ ਮੁਰਦਿਆਂ ਨੂੰ ਨਵੀਂ ਜ਼ਿੰਦਗੀ ਦਿੱਤੀ ਏ, ਉਹ ਅਨੰਦਪੁਰ ਸਾਹਿਬ ਦੀ ਧਰਤੀ ਜਿੱਥੇ ਕਲਗੀਆਂ ਵਾਲੇ ਨੇ ਅੰਮ੍ਰਿਤ ਵੰਡਿਆ, ਜਿਹੜੇ ਨੀਚ ਸਨ ਉਹਨਾਂ ਨੂੰ ਸਰਦਾਰੀਆਂ ਦਿੱਤੀਆਂ, ਔਰ ਉਹ ਅਨੰਦਪੁਰ ਸਾਹਿਬ ਦੀ ਧਰਤੀ ਜਿਹੜੀ ਅੱਜ ਵੀ ਮੁਰਦਿਆਂ ਨੂੰ ਜੀਵਨ ਦਾਨ ਦਿੰਦੀ ਏ। ਇੱਕ ਸ਼ਾਇਰ ਕਹਿੰਦਾ ਨੀ, ਅਨੰਦਪੁਰ ਦੀ ਇਹ ਧਰਤੀ ਏ ਇੱਕ ਪਿਆਰ ਦੀ ਦੁਨੀਆ ਏ, ਤੂੰ ਨੀ ਸੱਚੇ ਉਸ ਸ਼ਹਿਨਸ਼ਾਹ ਦਿਲਦਾਰ ਦੀ ਦੁਨੀਆ ਏ, ਤੂੰ ਜੋ ਬਿਜਲੀਆਂ ਦੇ ਨਾਲ ਵੀ ਮੁਸਕਾਂਦਾ ਸੀ ਰਿਹਾ, ਜੋ ਮੌਤ ਦੀਆਂ ਮਹਿਫਲਾਂ ਵਿੱਚ ਗੀਤ ਸੀ ਗਾਉਂਦਾ ਰਿਹਾ। ਅੜੀਏ ਯਾਦ ਏ ਤੈਨੂੰ ਕਹਾਣੀ, ਉਹ ਜ਼ੁਲਮ ਤੇ ਤੂਫਾਨ ਦੀ, ਉਹ ਤੇਗ ਬਣ ਨੱਚੀ ਜਦੋਂ ਤਕਦੀਰ ਹਿੰਦੁਸਤਾਨ ਦੀ, ਸੁੱਤੀ ਜਵਾਨੀ ਨੂੰ ਇੱਥੇ ਜਗਾਇਆ ਗਿਆ ਸੀ, ਗੈਰਤ ਦੀ ਬੁੱਝੀ ਲਾਟ ਚੋਂ ਭਾਂਬੜ ਮਚਾਇਆ ਗਿਆ ਸੀ, ਇਸ਼ਕ ਨੂੰ ਤਲਵਾਰ ਤੇ ਨੱਚਣਾ ਸਿਖਾਇਆ ਗਿਆ ਸੀ। ਕੱਚਿਆਂ ਘੜਿਆਂ ਦੇ ਉੱਤੇ ਇਸ਼ਕ ਨੱਚਦਾ ਵੇਖਿਆ ਲੋਕਾਂ ਨੇ, ਉਹ ਜੇ ਨੰਗੀਆਂ ਤਿੱਖੀਆਂ ਤਲਵਾਰਾਂ ਉੱਤੇ ਇਸ਼ਕ ਨੱਚਦਾ ਵੇਖਣਾ ਹੋਵੇ ਤੇ ਅਨੰਦਪੁਰ ਸਾਹਿਬ ਦੀ ਧਰਤੀ ਨੇ ਵਿਖਾਇਆ। ਇਸ਼ਕ ਨੂੰ ਤਲਵਾਰ ਤੇ ਨੱਚਣਾ ਸਿਖਾਇਆ ਗਿਆ ਸੀ, ਜ਼ਿੰਦਗੀ ਨੂੰ ਮੌਤ ਦਾ ਨਗਮਾ ਸੁਣਾਇਆ ਗਿਆ ਸੀ। ਅੜੀਏ ਯਾਦ ਏ ਤੈਨੂੰ ਕਹਾਣੀ, ਜ਼ੁਲਮ ਤੇ ਤੂਫਾਨ ਦੀ, ਉਹ ਤੇਗ ਬਣ ਨੱਚੀ ਜਦੋਂ ਤਕਦੀਰ ਹਿੰਦੁਸਤਾਨ ਦੀ, ਉਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਲਗੀਆਂ ਵਾਲੇ ਨੇ ਹੋਲਾ ਖੇਡਿਆ, ਔਰ ਜਦੋਂ ਅਨੰਦਪੁਰ ਸਾਹਿਬ ਨੂੰ ਛੱਡ ਕੇ ਤੁਰੇ ਨਾ, ਸਿੰਘਾਂ ਨੇ ਪੁੱਛਿਆ ਮਹਾਰਾਜ ਹੁਣ ਮੁੜ ਕੇ ਵੀ ਇੱਥੇ ਆਓਗੇ? ਸਤਿਗੁਰੂ ਕਹਿੰਦੇ ਸਿੰਘੋ ਹੁਣ ਇਸ ਸਰੀਰ ਦੇ ਵਿੱਚ ਨਹੀਂ ਆਉਣਾ, ਜਦੋਂ ਗੁਰੂ ਕਾ ਖਾਲਸਾ ਇੱਥੇ ਕਾੜ ਕੜਾਕੜ ਕੜ ਕੜ ਕਰਦੀਆਂ ਮਾਰ ਕੇ ਨਗਾਰਿਆਂ ਤੇ ਚੋਟਾਂ, ਹੋਲਾ ਮਹੱਲਾ ਖੇਡਣ ਆਇਆ ਕਰੂ ਨਾ, ਉਦੋਂ ਬਾਜਾਂ ਵਾਲਾ ਵੀ ਉਹਨਾਂ ਫੌਜਾਂ ਦੇ ਵਿੱਚ ਹੀ ਹੋਇਆ ਕਰੇਗਾ। ਆਏ ਸਾਲ ਹੋਲੇ ਦਾ ਦਿਹਾੜਾ ਆਉਂਦਾ, ਸ਼ਾਇਰ ਕਹਿੰਦਾ ਓਏ ਆ ਸਿੰਘੋ ਚੱਲੀਏ ਅਨੰਦਪੁਰ ਸਾਹਿਬ, ਆਪਾਂ ਹੋਲੀ ਦੀ ਥਾਂ ਹੋਲਾ ਹੈ ਬਣਾਇਆ ਬਾਜਾਂ ਵਾਲੇ ਨੇ, ਔਰ ਰੰਗਾਂ ਨਾਲ ਖੇਡਣੇ ਦੀ ਰੀਤ ਹੈ ਪੁਰਾਣੀ ਹੋਲੀ, ਆ ਖੂਨ ਨਾਲ ਹੋਲਾ ਹੈ ਰੰਗਾਇਆ ਬਾਜਾਂ ਵਾਲੇ ਨੇ। ਖਬਰੂ ਜਵਾਨਾਂ ਨੂੰ ਦੋ ਧੜਿਆਂ ਚ ਵੰਡ ਕੇ ਤੇ ਆ ਤੇਗਾਂ ਦੀਆਂ ਧਾਰਾਂ ਤੇ ਨਚਾਇਆ ਬਾਜਾਂ ਵਾਲੇ ਨੇ। ਉਹ ਝਲਮਣ ਸਿੰਘਾ ਮੋਰਾਂ ਵਾਲੀਆ ਹੈ ਵਾਰਾਂ ਗਾਉਂਦਾ, ਆ ਸਿਰ ਉੱਤੇ ਹੱਥ ਹੈ ਟਕਾਇਆ ਬਾਜਾਂ ਵਾਲੇ ਨੇ। ਅਨੰਦਪੁਰ ਸਾਹਿਬ ਦਾ ਹੋਲਾ ਦੁਨੀਆਂ ਦੇ ਵਿੱਚ ਮਸ਼ਹੂਰ ਹੈ। ਸ਼ਾਇਰ ਕਹਿੰਦਾ ਪੰਛੀ ਹੰਸ ਸਰੋਵਰੀ ਬਸਣ, ਬਾਗੀ ਮਸਤ ਮਮੋਲਾ, ਆ ਮੁਕਤਸਰ ਸਾਹਿਬ ਮਾਘੀ ਭਰਦੀ, ਜਿਉ ਸੱਜ ਬਿਆਹਿਆ ਡੋਲਾ, ਚੇਤ ਦੀ ਚੌਦਾਂ ਭਰਦੀ ਤਰਨ ਤਾਰਨ, ਤਿਆ ਦਮਦਮੇ ਸਾਹਿਬ ਵਿਸਾਖੀ, ਸ੍ਰੀ ਅੰਮ੍ਰਿਤਸਰ ਦੀ ਵਾਲੀ ਭਰਦੀ ਤੇ ਅਨੰਦਪੁਰ ਸਾਹਿਬ ਹੋਲਾ।
ਪਾਸਾ ਸਾਜ ਕੇ ਉਹਨਾਂ ਨੂੰ ਪੰਜ ਕਕਾਰ ਦੇ ਕੇ ਇੱਕ ਗੱਲ ਆਖੀ। ਕਹਿੰਦੇ ਦੇ ਕੇ ਕੇਸ ਦਸਮੇਸ਼ ਨੇ ਕਿਹਾ ਮੁੱਖੋ ਉਹ ਜਾਓ ਬਖਸ਼ੀਆਂ ਅੱਜ ਸਰਦਾਰੀਆਂ ਨੇ ਕੰਘਾ ਫੇਰਦੇ ਸਦਾ ਧਿਆਨ ਰੱਖਿਓ ਕਦੇ ਸਿਰਾਂ ਤੇ ਫਿਰਨੀਆਂ ਆ ਰਹੀਆਂ ਨੇ। ਇਹ ਕੱਛ ਕੀ ਹੈ ਜੱਤ ਤੇ ਸੱਤ ਦੇ ਕੇ ਦੇ ਦਿੱਤੀਆਂ ਬਰਕਤਾਂ ਸਾਰੀਆਂ ਨੇ ਕਦੇ ਉੱਠੇ ਨਾ ਹੱਥ ਮਜ਼ਲੂਮੀ ਉੱਤੇ ਇਹ ਕੜਾ ਨਹੀਂ ਆ ਕੜੀਆਂ ਗਈਆਂ ਮਾਰੀਆਂ ਨੇ ਰਹਿਣਾ ਸਦਾ ਮਜ਼ਲੂਮਾਂ ਦੀ ਢਾਲ ਬਣ ਕੇ ਇਸੇ ਲਈ ਕਿਰਪਾਨ ਦਾ ਦਾਨ ਕੀਤਾ। ਆ ਡਰਦਾ ਕਾਲ ਵੀ ਰਹੇਗਾ ਤੁਸਾਂ ਕੋਲੋਂ ਕਿਉਂਕਿ ਖੰਡੇ ਧਾਰ ਅੰਮ੍ਰਿਤ ਤੁਸੀਂ ਪਾਨ ਕੀਤਾ। ਕਲੀਆਂ ਵਾਲੇ ਨੇ ਸਾਜਿਆ ਖਾਲਸਾ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਦੇ ਵਿੱਚ ਸਮਾਧੀਆਂ ਲਾ ਕੇ ਬੈਠਦਾ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰਦਾ ਮੂਲ ਮੰਤਰ ਦਾ ਅਭਿਆਸ ਕਰਦਾ ਲੌਂਡੇ ਪੈਰ ਧੌਂਸੇ ਨਗਾਰੇ ਖੜਕਾਉਂਦਾ ਢਾਡੀਆਂ ਤੋਂ ਜੋਸ਼ੀਲੀਆਂ ਵਾਰਾਂ ਸੁਣਦਾ ਉਸ ਇਲਾਕੇ ਦੇ ਬਾਈ ਧਾਰ ਦੇ ਰਾਜੇ ਉਹ ਤਿਲ ਮਿਲਾ ਉੱਠੇ। ਉਹਨਾਂ ਨੇ ਕਈ ਵਾਰੀ ਅਨੰਦਪੁਰ ਸਾਹਿਬ ਦੇ ਉੱਤੇ ਹੱਲਾ ਕੀਤਾ ਪਰ ਜਿੰਨੀ ਵਾਰੀ ਚੜ੍ਹ ਕੇ ਆਉਂਦੇ ਰਹੇ ਨਾ ਉਨੀ ਵਾਰੀ ਉਹਨਾਂ ਨੂੰ ਗੁਰੂ ਕੇ ਖਾਲਸਿਆਂ ਨੇ ਭਾਜੜਾਂ ਪਵਾਈਆਂ। ਇਹ ਇਕੱਠੇ ਹੋ ਕੇ ਬਹਿ ਗਏ ਵੀ ਹੁਣ ਕੀ ਕੀਤਾ ਜਾਵੇ। ਸਾਰਿਆਂ ਨੇ ਆਪੋ ਆਪਣੇ ਵਿਚਾਰ ਦਿੱਤੇ ਨੇ। ਅੰਤ ਕੇਸਰੀ ਚੰਦ ਜਸਵਾਰੀਆ ਤੇ ਉਹਦਾ ਭਾਣਜਾ ਅਜਮੇਰ ਚੰਦ ਭੀਮ ਚੰਦ ਦਾ ਲੜਕਾ ਕਹਿੰਦਾ ਮੇਰੀ ਸੁਣੋ ਗੱਲ, ਆਪਾਂ ਨੂੰ ਤਗੜਾ ਹੋ ਕੇ ਅਨੰਦਪੁਰ ਸਾਹਿਬ ਤੇ ਹੱਲਾ ਬੋਲਣਾ ਚਾਹੀਦਾ। ਤੇ ਉਹ ਸਾਰੇ ਰਾਜੇ ਆਖਣ ਲੱਗੇ ਰਾਜਾ ਜੀ ਅੱਗੇ ਵੀ ਕਈ ਵਾਰੀ ਹੱਲੇ ਬੋਲੇ ਆ, ਸਿੰਘਾਂ ਦਾ ਐਡਾ ਦਬਦਬਾ ਫੌਜ ਉੱਤੇ ਬਣ ਗਿਆ ਉੱਥੇ ਕੋਈ ਨਿਹੰਗ ਸਿੰਘ ਜਕਾਰਾ ਛੱਡ ਦਿੰਦਾ ਨਾ ਤੇ ਫੌਜਾਂ ਨੂੰ ਭੱਜਦੀਆਂ ਨੂੰ ਰਾਹ ਨਹੀਂ ਲੱਭਦਾ, ਫਿਰ ਕੀ ਕਰੀਏ। ਕਹਿੰਦੇ ਫਿਰ ਇੱਕ ਹੋਰ ਤਰੀਕਾ, ਆਪਾਂ ਜਾਂਦੇ ਹਾਂ ਔਰੰਗਜ਼ੇਬ ਦੇ ਦਰਬਾਰ ਵਿੱਚ, ਉਹਨੂੰ ਸਤਿਗੁਰਾਂ ਦੇ ਖਿਲਾਫ ਭੜਕਾਵਾਂਗੇ, ਉਹ ਤੇ ਅੱਗੇ ਹੀ ਮਹਾਰਾਜ ਦੇ ਨਾਲ ਖਾਰ ਖਾਂਦਾ, ਉਹਦੀਆਂ ਫੌਜਾਂ ਚੜ੍ਹਾ ਕੇ ਲਿਆਉਂਦੇ ਹਾਂ। ਲਓ ਜੀ ਮੁੱਕਦੀ ਗੱਲ, ਇਹ ਪਹੁੰਚੇ ਦਿੱਲੀ ਦੇ ਦਰਬਾਰ ਦੇ ਅੰਦਰ, ਔਰੰਗਜ਼ੇਬ ਦਾ ਦਰਬਾਰ ਲੱਗਾ ਹੋਇਆ, ਇਹਨਾਂ ਦੋਹਾਂ ਹੱਥਾਂ ਨਾਲ ਜਾ ਕੇ ਪਿੱਟਣਾ ਸ਼ੁਰੂ ਕਰ ਦਿੱਤਾ। ਕਹਿੰਦੇ ਆਲੀ ਜਾ, ਅਸੀਂ ਮਾਰੇ ਗਏ, ਅਸੀਂ ਲੁੱਟੇ ਗਏ। ਸਿੱਖਾਂ ਦਾ ਗੁਰੂ ਉੱਥੇ ਰੋਜ਼ ਸਿੱਖਾਂ ਦੀ ਕਵੈਦ ਕਰਾਉਂਦਾ, ਉਹਨੇ ਫੌਜਾਂ ਸਾਜ ਲਈਆਂ, ਉਹਦੇ ਕੋਲ ਵੱਡੇ ਵੱਡੇ ਧਨੰਤਰ ਰਾਗੀ ਨੇ ਜਿਹੜੇ ਬੜੇ ਜੋਸ਼ ਦੇ ਵਿੱਚ ਆ ਕੇ ਵਾਰਾਂ ਗਾਉਂਦੇ ਨੇ, ਬੁਜ਼ਦਿਲਾਂ ਨੂੰ ਵੀਰ ਦਿਲ ਬਣਾਈ ਜਾਂਦੇ ਨੇ। ਆਲੀ ਜਾ, ਸਾਡੀਆਂ ਰਿਆਸਤਾਂ ਤੇ ਗੁਰੂ ਨੇ ਖੋਈ ਲੈਣੀਆਂ ਨੇ, ਇੱਕ ਦਿਨ ਆਵੇਗਾ ਗੁਰੂ ਨੇ ਤਖਤ ਉੱਤੇ ਬੈਠਦਿਆਂ ਐਲਾਨ ਕੀਤਾ ਸੀ ਕਿ ਮੈਂ ਆਪਣੇ ਪਿਓ ਦਾ ਬਦਲਾ ਔਰੰਗਜ਼ੇਬ ਤੋਂ ਲਾਂਗਾ। ਆਲੀ ਜਾ, ਉਹ ਤੇ ਤੁਹਾਡਾ ਨਾਮ ਵੀ ਸਹੀ ਤਰੀਕੇ ਨਾਲ ਨਹੀਂ ਲੈਂਦਾ, ਉਹ ਕਹਿੰਦਾ ਮੈਂ ਦਿੱਲੀ ਦੇ ਤਖਤ ਦੀ ਇੱਟ ਨਾਲ ਇੱਟ ਖੜਕਾਵਾਂਗਾ। ਵੀ ਜਦੋਂ ਔਰੰਗਜ਼ੇਬ ਨੇ ਸੁਣੀ ਇਹ ਗੱਲ, ਉਹ ਸੜ ਭੁੱਜ ਕੇ ਹੋ ਗਿਆ ਸਵਾ, ਉਹ ਕਹਿੰਦੇ ਵਿੱਚ ਕਚਹਿਰੀ ਬਾਦਸ਼ਾਹ ਕਹਿੰਦਾ ਖੜ ਕੇ ਦਸਵਾਂ ਪਾਤਸ਼ਾਹ ਨਾ ਮੈਥੋਂ ਧੜਕੇ ਕੋਲੇ ਹੋ ਗਿਆ ਕਾਲਜਾ, ਇਹ ਮੇਰਾ ਸੜਕੇ, ਉੱਠੋ ਕੋਈ ਸੂਰਮਾ, ਉਹ ਜਾਓ ਉਸ ਵੱਲ ਚੜ ਕੇ ਜਿਉਂਦਾ ਦਿੱਲੀ ਉਸ ਨੂੰ ਲੈ ਆਵੋ ਫੜ ਕੇ। ਆ ਰੋੜਾ ਮੇਰੇ ਰਾਹ ਦਾ ਨਿੱਤ ਕੋਮਲ ਰੜਕੇ ਖੜਕੇ ਤਖ ਦੇ ਉੱਤੇ ਔਰੰਗਜ਼ੇਬ ਆਪਣੇ ਜਰਨੈਲਾਂ ਨੂੰ ਬੰਗਾਰ ਕੇ ਲਲਕਾਰ ਕੇ ਇੱਕ ਜੋਸ਼ੀਲੀ ਤਕਰੀਰ ਇਉਂ ਕਰਦਾ ਜੀ। ਹੇ
ਦੇ ਉੱਤੇ ਉੱਠ ਕੇ ਖੜਾ ਹੋ ਗਿਆ। ਉਹ ਕਹਿੰਦਾ ਮੈਂ ਅੱਕ ਗਿਆ, ਮੈਂ ਥੱਕ ਗਿਆ ਗੱਲਾਂ ਸੁਣ ਕੇ, ਗੁਰੂ ਆਹ ਕਰਦਾ, ਗੁਰੂ ਆਹ ਕਰਦਾ। ਓਏ ਉੱਠੋ ਕੋਈ ਸੂਰਮਾ, ਲਿਆਓ ਗੁਰੂ ਗੋਬਿੰਦ ਸਿੰਘ ਨੂੰ ਜ਼ੰਜੀਰਾਂ ਦੇ ਵਿੱਚ ਬੰਨ ਕੇ। ਤੇ ਜਦੋਂ ਵੇਖਿਆ ਜਰਨੈਲਾਂ ਵੱਲ ਕੋਈ ਵੀ ਉੱਠਣ ਨੂੰ ਤਿਆਰ ਨਹੀਂ ਸੀ, ਤੇ ਔਰੰਗਜ਼ੇਬ ਨੇ ਲਾਹੌਰ ਦੇ ਸੂਬੇਦਾਰ ਦੀਨਾ ਵੇਗ ਨੂੰ ਕੋਲ ਸੱਦਿਆ। ਕਹਿੰਦਾ ਦੀਨਾ ਵੇਗ, ਇਹਨਾਂ ਪਹਾੜੀਆਂ ਦੀ ਮਦਦ ਉੱਤੇ ਤੂੰ ਜਾਵੇਂਗਾ। ਦੀਨਾ ਵੇਗ ਸੋਚਦਾ ਵੀ ਇਹ ਚੰਗੇ ਪਹਾੜੀਏ ਆਏ ਨੇ, ਇਹਨਾਂ ਨੇ ਇਸ ਵੇਲੇ ਹੀ ਆਉਣਾ ਸੀ, ਆਪ ਤੇ ਮਰਨਾ ਹੀ ਹੈ ਆਨੰਦਪੁਰ ਵਾਲੇ ਗੁਰੂ ਤੋਂ ਔਰ ਸਿੱਖਾਂ ਤੋਂ, ਇਹ ਮੈਨੂੰ ਵੀ ਮਰਵਾਉਣਗੇ। ਦਿਲ ਦੇ ਵਿੱਚ ਖਿਆਲ ਆਇਆ ਵੀ ਇਹਨਾਂ ਨੂੰ ਅੱਗੇ ਲਾ ਕੇ ਜੰਗ ਲੜਾਂਗਾ। ਜੇ ਤੇ ਜੰਗ ਜਿੱਤੀ ਗਈ ਬੱਲੇ ਬੱਲੇ ਆਪਣੀ, ਤੇ ਜੇ ਜੰਗ ਹਾਰ ਗਏ ਕਹਿ ਦਿਆਂਗੇ ਜੀ ਇਹ ਚੱਜ ਨਾਲ ਲੜੇ ਨਹੀਂ। ਮੁੱਕਦੀ ਗੱਲ, ਇਹ ਆਨੰਦਪੁਰ ਸਾਹਿਬ ਦੇ ਵੱਲ ਨੂੰ ਬਹੀਰਾਂ ਘੱਤ ਕੇ ਤੁਰ ਆਏ। ਇਹਨਾਂ ਨੇ ਆਉਂਦਿਆਂ ਸਾਰ ਆਨੰਦਪੁਰ ਸਾਹਿਬ ਨੂੰ ਘੇਰਾ ਘੱਤ ਲਿਆ, ਤੇ ਅੱਗੇ ਸਿੰਘ ਵੀ ਹੱਥਾਂ ਵਿੱਚ ਬੰਗਾਂ ਪਾ ਕੇ ਨਹੀਂ ਸੀ ਬੈਠੇ। ਬਾਬੇ ਉਦੈ ਸਿੰਘ ਵਰਗੇ ਯੋਧੇ, ਬਾਬੇ ਅਜੀਤ ਸਿੰਘ ਸਾਹਿਬਜ਼ਾਦੇ ਵਰਗੇ ਸੂਰਮੇ, ਉਹਨਾਂ ਨੇ ਵੈਰੀ ਦੇ ਆਹੂ ਲਾ ਦਿੱਤੇ। ਦੀਨਾ ਵੇਗ ਇੱਕਦਮ ਪਿੱਛੇ ਹਟ ਗਿਆ। ਉਹਨੇ ਉਸੇ ਵੇਲੇ ਪਹਾੜੀ ਰਾਜਿਆਂ ਨੂੰ ਇਕੱਠੇ ਕੀਤਾ ਤੇ ਝਿੜਕਣਾ ਸ਼ੁਰੂ ਕਰ ਦਿੱਤਾ। ਓਏ ਤੁਸੀਂ ਤੇ ਕਹਿੰਦੇ ਸੀ ਸਿੱਖ ਬੜੇ ਮਾੜੇ ਨੇ, ਉਹਨਾਂ ਨੇ ਤੇ ਮੈਦਾਨ ਵਿੱਚ ਪੈਰ ਨਹੀਂ ਰੱਖਣ ਦਿੱਤਾ, ਮੈਂ ਇੱਥੋਂ ਜਾ ਰਿਹਾ। ਪਹਾੜੀ ਰਾਜੇ ਕਹਿੰਦੇ ਆਲੀ ਜਾ, ਅਸੀਂ ਤੇ ਕਈ ਵਾਰੀ ਇੱਥੋਂ ਭੱਜੇ ਹਾਂ, ਸਾਡਾ ਕੀ ਏ? ਪਰ ਜੇ ਤੁਸੀਂ ਭੱਜ ਗਏ ਨਾ, ਸਾਡਾ ਕੁਝ ਨਹੀਂ ਜਾਣਾ। ਲੋਕਾਂ ਨੇ ਕਹਿਣਾ ਓਏ ਔਰੰਗਜ਼ੇਬ ਦੀ ਫੌਜ ਆਈ ਸੀ ਤੇ ਸਿੱਖਾਂ ਨੇ ਮਾਰ ਮਾਰ ਕੇ ਸੋਟੇ ਇੱਥੋਂ ਭਜਾ ਤੀ, ਬਾਦਸ਼ਾਹ ਦੀ ਬੇਇੱਜ਼ਤੀ ਹੋਵੇਗੀ, ਤੁਹਾਨੂੰ ਜਾਣਾ ਨਹੀਂ ਚਾਹੀਦਾ। ਹੁਣ ਉਹ ਸੋਚਦਾ ਵੀ ਜੇ ਮੈਂ ਚੱਲਿਆ ਜਾਣਾ ਤਾਂ ਵੀ ਔਰੰਗਜ਼ੇਬ ਦੇ ਦਰਬਾਰ ਵਿੱਚ ਮੁੜ ਕੇ ਚਲੇ ਗਏ ਤੇ ਮੈਨੂੰ ਬੁਰਾ ਭਲਾ ਆਖੇਗਾ, ਤੇ ਜੇ ਅਟਕਦਾ ਤੇ ਮਾਰਿਆ ਜਾਵਾਂਗਾ। ਉਹਨੇ ਫਿਰ ਕਹਿਣਾ ਸ਼ੁਰੂ ਕੀਤਾ ਵੀ ਹੁਣ ਕੀ ਕੀਤਾ ਜਾਵੇ, ਕੋਈ ਸਕੀਮ ਬਣਾਓ। ਸਾਰਿਆਂ ਨੇ ਆਪੋ ਆਪਣੇ ਵਿਚਾਰ ਦਿੱਤੇ। ਕੇਸਰੀ ਚੰਦ ਸਵਾਰੀਆ ਰਾਜਾ ਉੱਠ ਕੇ ਹੋ ਗਿਆ ਖੜਾ। ਉਹ ਕਹਿੰਦਾ ਮੈਂ ਇਹ ਦੱਸਦਾ, ਮੇਰੇ ਕੋਲ ਹੈ ਖੂਨੀ ਹਾਥੀ ਜਿਹਦੇ ਤੋਂ ਇਲਾਕਾ ਥਰ 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 ਕੰਬਦਾ। ਉਹ ਖੂਨੀ ਹਾਥੀ ਨੂੰ ਆਨੰਦਪੁਰ ਸਾਹਿਬ ਉੱਤੇ ਚੜਾਵਾਂਗੇ, ਉਹਦੇ ਕੋਲੋਂ ਕਿਲੇ ਦਾ ਦਰਵਾਜ਼ਾ ਤੁੜਵਾਵਾਂਗੇ ਤੇ ਆਪ ਅੰਦਰ ਵੜ ਜਾਵਾਂਗੇ। ਹੱਥੋ ਹੱਥੀ ਗਿਣਤੀ ਦੇ ਉੱਥੇ ਸਿੱਖ ਨੇ, ਵੱਢ ਟੁੱਕ ਕਰਕੇ ਮਾਰ ਕੇ ਉਹਨਾਂ ਨੂੰ ਕਿਲਿਆਂ ਉੱਤੇ ਕਬਜ਼ੇ ਕਰਾਂਗੇ। ਇਹ ਸਕੀਮ ਸਾਰਿਆਂ ਦੇ ਦਿਲ ਨੂੰ ਲੱਗੀ, ਪਰ ਵਿੱਚੋਂ ਇੱਕ ਬੋਲਿਆ, ਉਹ ਹਾਥੀ ਹਾਥੀ ਦੇ ਮੱਥੇ ਉੱਤੇ ਵਾਰ ਹੋ ਸਕਦਾ? ਆਂਦਾ ਮੱਥੇ ਤੇ ਤਵੀਆਂ ਬੰਨਾਂਗੇ, ਉਹ ਆਂਦੇ ਸੁੰਡ ਵੱਢੀ ਜਾ ਸਕਦੀ ਹੈ। ਕਹਿੰਦਾ ਸੁੰਡ ਨਾਲ ਤਲਵਾਰਾਂ ਬੰਨ ਦਿਆਂਗੇ ਜ਼ਹਿਰ ਦੀ ਪਾਣ ਵਾਲੀਆਂ, ਉੱਤੇ ਲੋਹੇ ਦਾ ਝੁੱਲ ਪਾਵਾਂਗੇ ਤੇ ਉਹਨੂੰ ਆਨੰਦਪੁਰ ਸਾਹਿਬ ਤੇ ਚੜਾ ਦਿਆਂਗੇ, ਮਾਰ ਮਾਰ ਟੱਕਰਾਂ ਦਰਵਾਜ਼ੇ ਤੋੜ ਦੂ ਹਾਥੀ। ਇਹ ਜਿਹੜੀ ਮੀਟਿੰਗ ਇਹਨਾਂ ਨੇ ਕੀਤੀ, ਇਹ ਆਪਣੀਆਂ ਕੰਨਾਂ ਦੇ ਨਾਲ ਸੁਣਿਆ ਚਤਰ ਸਿੰਘ ਬਰਾੜ ਨੇ। ਉਹ ਉਸੇ ਵੇਲੇ ਪਹੁੰਚਾ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ, ਲੱਗੇ ਹੋਏ ਦਰਬਾਰ ਦੇ ਵਿੱਚ ਆ ਕੇ ਜੋ 22 ਧਾਰ ਦੇ ਰਾਜਿਆਂ ਨੇ ਸਕੀਮ ਬਣਾਈ, ਜਿਵੇਂ ਬਰਾੜ ਆ ਕੇ ਦੱਸਦਾ, ਉਸ ਵੇਲੇ ਦੀਆਂ ਲਾਈਨਾਂ ਜਰਨੈਲ ਸਿੰਘ ਗਿੱਲ ਪਰੋਜ਼ਵਾਲ ਸਰੰਗੀ ਮਾਸਟਰ, ਜਸਵੰਤ ਸਿੰਘ ਕਮਲ ਪਿੰਡ ਸਰੀ ਤੇ ਗੁਰਜੀਤ ਸਿੰਘ ਗੌਰੀ ਪਿੰਡ ਜਾਂਗਲੇ ਵਾਲਾ ਇਉਂ ਕਹਿ ਰਹੇ ਆ ਜੀ। ਮੀਟਿੰਗ ਕਰਕੇ
ਜਦੋਂ ਸਿੰਘ ਨੇ ਆ ਕੇ ਹਾਥੀ ਵਾਲੀ ਕਹਾਣੀ ਦੱਸੀ ਨਾ, ਮਹਾਰਾਜ ਕਹਿੰਦੇ ਸਿੰਘ ਉਹ ਘਬਰਾਉਂਦੇ ਕਿਉਂ ਹੋ? ਹਾਥੀ ਦਾ ਮੁਕਾਬਲਾ ਹਾਥੀ ਤੋਂ ਹੀ ਕਰਾਵਾਂਗੇ, ਤੁਸੀਂ ਘਬਰੋ ਨਾ। ਸਿੰਘ ਸਾਰੇ ਬੈਠੇ ਸਨ, ਭਾਈ ਆਲਮ ਸਿੰਘ ਨੱਚਣੇ ਵਰਗੇ, ਭਾਈ ਦਇਆ ਸਿੰਘ ਸਾਹਿਬ ਵਰਗੇ। ਉਹ ਕਹਿਣ ਲੱਗੇ, ਮਹਾਰਾਜ ਹਾਥੀ ਤੇ ਆਪਣੇ ਕੋਲ ਹੁਣ ਹੈ ਨਹੀਂ, ਕਈ ਚੰਗੇ ਚੰਗੇ ਹਾਥੀ ਤੁਸੀਂ ਰਾਗੀ ਸਿੰਘਾਂ ਨੂੰ ਦੇ ਦਿੱਤੇ, ਢਾਡੀ ਸਿੰਘਾਂ ਨੂੰ, ਕਵੀਆਂ ਨੂੰ ਬਖਸ਼ ਦਿੱਤੇ। ਮਹਾਰਾਜ ਆਪਣਾ ਪ੍ਰਸਾਦੀ ਹਾਥੀ ਏ, ਉਹ ਵਿਚਾਰਾ ਤੇ ਮਧਰਾ ਜਿਹਾ, ਉਹ ਹਾਥੀ ਨਾਲ, ਖੂਨੀ ਹਾਥੀ ਨਾਲ ਨਹੀਂ ਟੱਕਰ ਸਕਦਾ। ਮਹਾਰਾਜ ਕਹਿੰਦੇ, ਸਿੰਘੋ ਅਗਰ ਗੁਰੂ ਨਾਨਕ ਸਾਹਿਬ ਚਾਹੁਣ ਨਾ, ਸਾਡਾ ਕੱਲਾ ਕੱਲਾ ਸਿੱਖ ਹਾਥੀ ਦਾ ਮੁਕਾਬਲਾ ਕਰ ਸਕਦਾ। ਭਾਈ ਸਾਹਿਬ ਦਇਆ ਸਿੰਘ ਜੀ ਕਹਿੰਦੇ, ਮਹਾਰਾਜ ਸੱਚੇ ਪਾਤਸ਼ਾਹ ਜੀ, ਜੇ ਕਿਸੇ ਸਿੱਖ ਨੇ ਹੀ ਮੁਕਾਬਲਾ ਕਰਨਾ ਹੈ ਤੇ ਉਹਦਾ ਨਾਮ ਲੈ ਦਿਓ ਤਾਂ ਕਿ ਤਿਆਰੀ ਕੀਤੀ ਜਾ ਸਕੇ। ਹੁਣ ਮਹਾਰਾਜ ਸਜੇ ਹੋਏ ਦੀਵਾਨ ਵਿੱਚ ਵੇਖਦੇ ਨੇ, ਸਤਿਗੁਰਾਂ ਦੀ ਨਿਗਾਹ ਜਾ ਕੇ ਆ ਪੈ ਗਈ ਇੱਕ ਬੰਦੇ ਉੱਤੇ ਜਿਹੜਾ ਬੈਠਾ ਹੈ ਪਿੱਛੇ ਕੋਠੜੀ ਵਿੱਚ, ਤੇ ਢਿੱਡ ਉਹਦਾ ਏਡਾ ਵੱਡਾ ਲੰਮ ਕੇ ਬਰਾਂਡੇ ਵਿੱਚ ਆਇਆ ਹੋਇਆ। ਮਹਾਰਾਜ ਉਹਦੇ ਵੱਲ ਵੇਖ ਕੇ ਬੜਾ ਹੀ ਹੱਸੇ, ਕਹਿੰਦੇ ਦੁਨੀ ਚੰਦ ਜੀ ਠੀਕ ਹੋ? ਕਹਿੰਦਾ ਮਹਾਰਾਜ ਪੂਰੀਆਂ ਬਖਸ਼ਿਸ਼ਾਂ। ਸੱਚੇ ਪਾਤਸ਼ਾਹ ਕਹਿੰਦੇ, ਫਿਰ ਤਗੜਾ ਹੋ ਜਾ, ਆ ਸੁਣਿਆ ਹਾਥੀ ਆ ਰਿਹਾ, ਤੂੰ ਸਾਡਾ ਗੁਰੂ ਕਾ ਹਾਥੀ ਏ, ਤੇਰੇ ਨਾਲ ਹਾਥੀ ਦਾ ਮੁਕਾਬਲਾ ਕਰਾਉਣਾ। ਇਹਨੇ ਨੀਵੀਂ ਪਾ ਲਈ, ਧਰਤੀ ਖੁਰਚੀ ਜਾਵੇ। ਮਹਾਰਾਜ ਕਹਿੰਦੇ, ਹੁਣ ਬੋਲਦਾ ਨਹੀਂ। ਹੈਲੋ ਮਹਾਰਾਜ, ਬੰਦੇ ਥੋੜੀ ਹਾਥੀਆਂ ਨਾਲ ਲੜਦੇ ਹੁੰਦੇ ਆ, ਨਾਲੇ ਮਹਾਰਾਜ ਮੈਂ ਥੋੜੋ ਕਦੇ ਲੜਨ ਵਾਸਤੇ ਗਿਆ, ਤੁਹਾਡੇ ਜਰਨੈਲ ਜਾਂਦੇ ਨੇ, ਉਹਨਾਂ ਨੂੰ ਭੇਜੋ। ਮਹਾਰਾਜ ਕਹਿੰਦੇ, ਨਹੀਂ ਐਤਕਾਂ ਤੈਨੂੰ ਹੀ ਘੱਲਣਾ। ਕਹਿੰਦਾ ਮਹਾਰਾਜ ਮੈਂ ਚਲਿਆ ਗਿਆ ਕਿਤੇ, ਉੱਥੇ ਹਵੀ ਨਵੀ ਹੋ ਗਈ, ਕਈ ਵਾਰੀ ਦੇਗ ਬਣਾਉਣੀ ਪੈਂਦੀ ਆ, ਕਈ ਵਾਰੀ ਸਤਿਗੁਰੂ ਲੰਗਰ ਦੇ ਵਿੱਚ ਸੇਵਾ ਨਿਭਾਉਣੀ ਪੈਂਦੀ ਏ, ਉਹ ਸੇਵਾ ਕੌਣ ਕਰੇਗਾ? ਮਹਾਰਾਜ ਕਹਿੰਦੇ, ਸੇਵਾਦਾਰ ਬੜੇ ਨੇ। ਕਹਿੰਦਾ ਮਹਾਰਾਜ ਮੰਨਦਾ ਸੇਵਾਦਾਰ ਤੇ ਹੈਗੇ ਨੇ, ਮਹਾਰਾਜ ਕਈ ਵਾਰੀ ਦੇਗ ਵੱਧ ਜਾਂਦੀ, ਹੁਣ ਏਡੀ ਪਵਿੱਤਰ ਚੀਜ਼ ਸੁੱਟਣੀ ਥੋੜਾ ਹੁੰਦੀ ਆ, ਮਹਾਰਾਜ ਫਿਰ ਛਕਿਆ ਕੌਣ ਕਰੂ? ਇਹ ਕਹਿੰਦੇ ਜੀ ਛਕਣ ਦਾ ਬੜਾ ਸ਼ੌਕੀਨ ਸੀ, ਸ਼ਾਇਰ ਕਹਿੰਦਾ ਖਾਣ ਪੀਣ ਦਾ ਐਡਾ ਸ਼ੌਕੀਨ ਸੀ, ਇਹ ਜੋ ਕੁਝ ਹੱਥੇ ਆਉਂਦਾ ਉਹ ਕੁਝ ਖਾ ਜਾਂਦਾ, ਪੀਪਾ ਦੁੱਧ ਦਾ ਰੱਖ ਕੇ ਗੋਡਿਆਂ ਤੇ ਡੀਕ ਲਾ ਕੇ ਸੀ ਸਾਰਾ ਹੀ ਚੜਾ ਜਾਂਦਾ, ਜੇ ਕੋਈ ਜੱਗ ਵਿੱਚ ਪਾ ਕੇ ਦੁੱਧ ਪਿਆਉਂਦਾ ਸੀ ਨਾ, ਕਹਿੰਦਾ ਮੇਰੇ ਕੰਨ ਵਿੱਚ ਪਾ ਦੇ, ਮੈਨੂੰ ਪਿਆਉਣ ਲਿਆਇਆ ਕਿ ਮੇਰੇ ਕੰਨ ਵਿੱਚ ਪਾਉਣ ਆਇਆ? ਖਾਣ ਪੀਣ ਦਾ ਐਡਾ ਸ਼ੌਕੀਨ ਸੀ, ਇਹ ਜੋ ਕੁਝ ਹੱਥ ਆਉਂਦਾ ਉਹ ਕੁਝ ਖਾ ਜਾਂਦਾ, ਪੀਪਾ ਦੁੱਧ ਦਾ ਰੱਖ ਕੇ ਗੋਡਿਆਂ ਤੇ ਉਹ ਡੀਕ ਲਾ ਕੇ ਸੀ ਸਾਰਾ ਹੀ ਚੜਾ ਜਾਂਦਾ। ਲਾਉਡੇ ਵੇਲੇ ਸੀ ਜਦੋਂ ਸ਼ਰਦਾਈ ਬਣਦੀ, ਪੂਰਾ ਮੱਟ ਦਾ ਮੱਟ ਖਪਾ ਜਾਂਦਾ। ਉਹ ਲੰਗਰ ਵੱਲ ਨੂੰ ਜਦੋਂ ਇਹ ਪਾਏ ਚਾਲੇ ਨੂੰ ਵੇਖ ਕੇ ਲੰਗਰ ਹੀ ਚਾਲੇ ਪਾ ਜਾਂਦਾ, ਇਹੋ ਜਿਹਾ ਸਰੀਰ ਵਾਲਾ ਦੁਨੀ ਚਾਹੁੰਦਾ। ਹੁਣ ਮਹਾਰਾਜ ਦੇ ਮੋਹਰੇ ਐਵੇਂ ਹੋ ਜਤਾਂ ਹੀ ਕਰੀ ਜਾਵੇ, ਮਹਾਰਾਜ ਕਹਿੰਦੇ ਤਗੜਾ ਹੋ, ਹਾਥੀ ਨਾਲ ਤੈਨੂੰ ਹੀ ਲੜਾਉਣਾ। ਇਹ ਮੋਹਰਿਓ ਕੁਝ ਕਹਿਣ ਲੱਗਾ, ਭਾਈ ਦਇਆ ਸਿੰਘ ਜੀ ਕਹਿੰਦੇ ਚੁੱਪ ਕਰ, ਐਵੇਂ ਬੋਲੀ ਜਾਂਦਾ, ਕਾਰਜ ਮਹਾਰਾਜ ਦਾ ਕਮਲਿਆ ਕਰਾਉਣਾ ਸਤਿਗੁਰਾਂ ਨੇ, ਤੈਨੂੰ ਤੇ ਮੁਖਤ ਦਾ ਮਾਣ ਮਿਲਦਾ। ਕਹਿੰਦਾ ਪਤਾ ਜਿਹੜਾ ਮਾਣ ਮਿਲਦਾ, ਹਾਥੀ ਨੇ ਰੱਖਤਾ ਕਿਤੇ ਜੰਗ ਵਿੱਚ ਮੇਰੇ ਡਿੱਗੇ ਹੋਏ ਦੀ ਗੋਗੜ ਤੇ ਪੈਰ ਟਮਾਟੇ ਵਾਂਗੂ ਫੇਹ ਕੇ ਰੱਖ ਦੇਣਾ, ਕੀ ਕਰਨਾ ਫੇ ਇਹੋ ਜਿਹਾ ਮਾਣ? ਜੇ ਭਾਈ ਸਾਹਿਬ ਮਾਣ ਚਾਹੀਦਾ ਤੁਸੀਂ ਲੈ ਲਓ, ਮੈਂ ਨਹੀਂ ਜਾਂਦਾ। ਇਹ ਦੀਵਾਨ ਦੇ ਵਿੱਚੋਂ ਉੱਠ ਕੇ ਚਲਿਆ ਗਿਆ। ਭਾਈ ਦਇਆ ਸਿੰਘ ਜੀ ਇਹਦੇ ਕੋਲ ਗਏ, ਕਹਿੰਦੇ ਦੁਨੀ ਚੰਦਾ ਐਵੇਂ ਘਬਰਾ ਨਾ, ਸਤਿਗੁਰਾਂ ਦਾ ਕਾਰਜ ਏ, ਉਹਨਾਂ ਨੇ ਆਪ ਹੀ ਕਰਵਾਉਣਾ। ਲਓ ਜੀ ਇਹ ਭਾਈ ਸਾਹਿਬ ਦੇ ਸਾਹਮਣੇ ਖੜਾ ਡੋਲਿਆ ਹੋਇਆ,
ਕੁਝ ਇਉਂ ਕਹੀ ਜਾਂਦਾ ਜੀ। ਹਾਥੀ ਨਾਲ ਕਿਵੇਂ ਹੋਊ ਕੰਮ ਕਾਮਲਾ,
ਦੁਨੀ ਚੰਦ ਨੂੰ ਭਾਈ ਦਇਆ ਸਿੰਘ ਜੀ ਨੇ ਬੜਾ ਸਮਝਾਇਆ, ਪਰ ਇਹ ਨਾ ਸਮਝਿਆ ਇਹਨਾਂ ਆਪਣੇ ਵਰਗੇ ਪੰਜ ਸੱਤ ਹੋਰ ਇਕੱਠੇ ਕਰ ਲਏ। ਆਨੰਦਗੜ੍ਹ ਦੇ ਕਿਲੇ ਦੇ ਵਿੱਚ ਇਹਨਾਂ ਨੇ ਸਕੀਮ ਬਣਾ ਲਈ ਵੀ ਜਦੋਂ ਅੱਧੀ ਰਾਤ ਹੋਊ ਨਾ ਕਿਲੇ ਦੀ ਕੰਧ ਤੋਂ ਦੀ ਰੱਸਾ ਭਰਾਵਾਂਗੇ ਤੇ ਉਧਰੋਂ ਦੀ ਪਾਰ ਹੋ ਜਾਵਾਂਗੇ, ਆਪਣੇ ਪਿੰਡਾਂ ਨੂੰ ਭੱਜ ਜਾਵਾਂਗੇ ਜਾਂ ਕਰਤਾਰਪੁਰ ਚਲੇ ਜਾਵਾਂਗੇ, ਉਹ ਕਿਸੇ ਹੋਰ ਸੋਢੀ ਨੂੰ ਗੁਰੂ ਬਣਾ ਲਾਂਗੇ। ਇਸ ਗੁਰੂ ਕੋਲ ਹੁਣ ਅਸੀਂ ਨਹੀਂ ਰਹਿਣਾ ਜਿਹੜਾ ਮਰਵਾਉਣ ਨੂੰ ਫਿਰਦਾ। ਅੱਧੀ ਰਾਤ ਇਹ ਹੁਣ ਕਿਲੇ ਚੋਂ ਨਿਕਲਣ ਲੱਗੇ ਨੇ ਤੇ ਹੁਣ ਦੁਨੀ ਚੰਦ ਸਭ ਤੋਂ ਪਹਿਲਾਂ ਅੱਗੇ ਵਧਿਆ। ਇਹਦੇ ਸਾਥੀ ਕਹਿੰਦੇ ਕਿੱਧਰ ਨੂੰ ਮੂੰਹ ਚੱਕੀ ਜਾਂਦਾ ਓਏ, ਕਹਿੰਦਾ ਮੈਂ ਉਤਰਨਾ। ਆਂਦੇ ਪਹਿਲਾਂ ਸਾਨੂੰ ਉਤਰਨ ਦੇ, ਤੂੰ ਭਾਰਾ ਰੱਸਾ ਮਾੜਾ, ਜੇ ਕਿਤੇ ਰੱਸਾ ਟੁੱਟ ਗਿਆ ਨਾ ਅਸੀਂ ਕਿਲੇ ਦੇ ਵਿੱਚ ਹੀ ਰਹਿ ਜਾਣਾ, ਜੇ ਚਾਹੁੰਦਾ ਸਾਨੂੰ ਨਾਲ ਲੈ ਕੇ ਜਾਣਾ ਫਿਰ ਅਸੀਂ ਜਾਵਾਂਗੇ ਪਹਿਲਾਂ। ਉਹ ਪਹਿਲਾਂ ਉਤਰੇ, ਵਾਰੀ ਆ ਗਈ ਦੁਨੀ ਚੰਦ ਦੀ। ਸੁਖਨਾ ਬਾਹਵਾ ਹੀ ਤਗੜਾ, ਮੋਟਾ ਤਾਜ਼ਾ ਸਰੀਰ ਦਾ, ਤੇ ਹੁਣ ਜਦੋਂ ਰੱਸੇ ਨੂੰ ਫੜ ਕੇ ਉਤਰਨ ਲੱਗਾ ਨਾ, ਕੜ 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 ਕਰਦੀ ਆਵਾਜ਼ ਆਈ, ਰੱਸਾ ਟੁੱਟਿਆ ਤੇ ਪੁੱਠਾ ਹੋ ਕੇ ਧਰਤੀ ਤੇ ਡਿੱਗਾ, ਆਪਣੇ ਭਾਰ ਸਰੀਰ ਤੇ ਪੈ ਗਿਆ, ਲੱਤ ਟੁੱਟ ਗਈ। ਚੰਗਿਆੜਾ ਮਾਰੇ, ਚੀਕਾਂ ਮਾਰੇ, ਓਏ ਮੈਂ ਮਰ ਗਿਆ, ਓਏ ਮੈਂ ਮਰ ਗਿਆ। ਨਾਲ ਦੇ ਮੂੰਹ ਮੋਰੇ ਹੱਥ ਦੇਣ, ਕਹਿੰਦੇ ਤੂੰ ਤੇ ਮਰੀ ਗਿਆ, ਸਾਨੂੰ ਵੀ ਮਰਵਾਏਗਾ। ਕਹਿੰਦਾ ਮੇਰੀ ਗੱਲ ਸੁਣ ਲਓ, ਜੇ ਚੰਗੀ ਚਾਹੁੰਦੇ ਹੋ ਨਾ ਮੈਨੂੰ ਚੁੱਕੋ ਤੇ ਮੇਰੇ ਪਿੰਡ ਪਹੁੰਚਾਓ। ਹੁਣ ਇਹੋ ਜਿਹੇ ਨੂੰ ਚੁੱਕਣਾ ਕਿਹੜਾ ਸੌਖਾ, ਰੱਬ ਚੁੱਕੇ ਜਾਂ ਕਰੇਨ, ਪਰ ਔਖੇ ਸੌਖੇ ਉਹਨਾਂ ਨੇ ਚੁੱਕਿਆ, ਇਹਦੇ ਪਿੰਡ ਪਹੁੰਚਾ ਦਿੱਤਾ। ਘਰਦਿਆਂ ਨੂੰ ਕਹਿੰਦਾ ਜੰਦਰਾ ਲਾ ਦਿਓ, ਵੇਖਿਓ ਕਿਤੇ ਗੁਰੂ ਦਾ ਕੋਈ ਸਿੱਖ ਨਾ ਆ ਜਾਏ ਮੈਨੂੰ ਲੈਣ। ਅੰਦਰ ਕੋਠੜੀ ਵਿੱਚ ਵੜ ਗਿਆ, ਜਿਹੜੀ ਕੋਠੜੀ ਦੇ ਵਿੱਚ ਵੜਿਆ ਉੱਥੇ ਸੱਪ ਸੀ, ਸੱਪ ਨੇ ਡੰਗ ਮਾਰਿਆ, ਇਹਦੀ ਮੌਤ ਹੋ ਗਈ। ਪਰਮੇਸ਼ਰ ਦੇ ਪਿਆਰਿਆਂ ਤੋਂ ਬੇਮੁੱਖ ਹੋ ਕੇ ਮਰ ਗਿਆ, ਗੁਰੂ ਤੋਂ ਬੇਮੁੱਖ ਹੋ ਕੇ ਮਰ ਗਿਆ। ਪਰ ਉਧਰ ਤੱਕੋ ਦੂਜੇ ਦਿਨ ਦਾ ਹਾਲ, ਪਹਾੜੀ ਰਾਜਿਆਂ ਨੇ ਹਾਥੀ ਨੂੰ ਮੱਟਾਂ ਦੇ ਮੱਟ ਸ਼ਰਾਬ ਦੇ ਪਿਆਏ ਨੇ, ਉਹਦੀ ਸੁੰਡ ਨਾਲ ਜ਼ਹਿਰ ਦੀ ਪਾਣ ਵਾਲੀਆਂ ਬੰਨੀਆਂ ਤਲਵਾਰਾਂ ਬਈ ਮੱਥੇ ਤੇ ਬੰਨ ਕੇ ਤਵੀਆਂ ਉੱਤੇ ਪਾ ਕੇ ਝੁੱਲ ਅਨੰਦਪੁਰ ਸਾਹਿਬ ਵੱਲ ਨੂੰ ਚੜ੍ਹਾਈ ਕਰ ਦਿੱਤੀ। ਇਹ ਖਬਰ ਸੁਣੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਵੀ ਪਤਾ ਲੱਗਾ ਕਿ ਦੁਨੀ ਚੰਦ ਰਾਤ ਦਾ ਹੀ ਖਿਸ ਗਿਆ, ਸੱਚੇ ਪਾਤਸ਼ਾਹ ਦੇ ਡਾਲੇ ਫਰਕ ਉੱਠੇ। ਉਸੇ ਵੇਲੇ ਬੱਬਰ ਸ਼ੇਰ ਦੀ ਤਰ੍ਹਾਂ ਗਰਜੇ, ਆਹ ਕਹਿੰਦੇ ਕੱਚਾ ਪਿੱਲਾ ਦੁਨੀ ਚੰਦ ਮਸੰਦ ਭੱਜ ਗਿਆ, ਹੁਣ ਹਾਥੀ ਦਾ ਮੁਕਾਬਲਾ ਹਾਥੀ ਨਹੀਂ ਉਹ ਸਾਡਾ ਬੱਬਰ ਸ਼ੇਰ ਕਰੇਗਾ। ਉਸੇ ਵੇਲੇ ਬਾਬੇ ਬਚਿੱਤਰ ਸਿੰਘ ਨੂੰ ਬੁਲਾ ਕੇ ਕੋਲ ਹਾਥੀ ਨੂੰ ਭਜਾਉਣ ਦੇ ਲਈ ਕਲਗੀਆਂ ਵਾਲੇ ਨੇ ਕੁਝ ਇਉਂ ਆਖਿਆ ਬਈ,
ਚਿੱਤਰ ਸਿੰਘ ਜੀ ਨੇ ਜਦੋਂ ਸੁਣਿਆ ਆਪਣਾ ਨਾਮ, ਲੂੰ ਲੂੰ ਦੇ ਵਿੱਚ ਜੋਸ਼ ਭਰ ਗਿਆ, ਪਰ ਨਿਮਰਤਾ ਦੇ ਨਾਲ ਆ ਕੇ ਕਲਗੀ ਵਾਲੇ ਸਤਿਗੁਰੂ ਦੇ ਅੱਗੇ ਹੱਥ ਜੋੜ ਕੇ ਖੜ ਗਿਆ। ਸੱਚੇ ਪਾਤਸ਼ਾਹ, ਮੇਰੇ ਗਰੀਬ ਉੱਤੇ ਤੁਸਾਂ ਤਰਸ ਕੀਤਾ ਈ, ਮਹਾਰਾਜ ਕਾਰਜ ਤੁਹਾਡਾ, ਕਰਵਾ ਤੁਸਾਂ ਲੈਣਾ, ਮਾਣ ਮੈਨੂੰ ਦੇਣ ਲੱਗੇ ਹੋ, ਪਰ ਸਤਿਗੁਰੂ ਇੱਕ ਵਾਰੀ ਆਪਣੀ ਥਾਪੀ ਕੰਡ ਉੱਤੇ ਲਾ ਦਿਓ, ਇਹ ਮਰ ਜਾ ਬਾਈ ਧਾਰ ਦਾ ਹਾਥੀ ਕੀ ਆ, ਜਿਹੜਾ ਇੰਦਰ ਦਾ ਹਾਥੀ ਉਹਨੂੰ ਵੀ ਭਜਾ ਦਿਆਂਗਾ। ਸੱਚੇ ਪਾਤਸ਼ਾਹ ਨੇ ਬਾਬੇ ਬਚਿੱਤਰ ਸਿੰਘ ਨੂੰ ਗਲਵੱਕੜੀ ਦੇ ਵਿੱਚ ਲੈ ਲਿਆ, ਵੀ ਜਿੱਦ ਤੱਕ ਕੰਡ ਦੇ ਉੱਤੇ ਥਾਪੜਾ, ਜਦੋਂ ਮਿਲੀ ਸੂਰਮੇ ਨੂੰ ਥਾਪੀ, ਉਹਨੇ ਛੱਡਿਆ ਗੱਜ ਕੇ ਜਕਾਰਾ, ਕਹਿੰਦਾ ਸ਼ੇਰ ਵਾਂਗ ਗੱਜਦਾ ਤੇ ਆਖਦਾ ਰਠੌਰ ਸਿੰਘ ਹਾਥੀ ਕਿਹੜੀ ਚੀਜ਼, ਓਏ ਐਰਾ ਪੱਤ ਨੂੰ ਭਜਾ ਦਿਆਂ, ਸ਼ੇਸ਼ ਪਾ ਕੇ ਨੇਤਰਾ ਸੁਮੇਰ ਦੀ ਮਧਾਣੀ ਵਿੱਚ ਸਾਗਰ ਬਰੋਲ, ਓ ਚੌਦਾਂ ਰਤਨ ਲਿਆ ਦਿਆਂ, ਆ ਇੰਦਰ ਨੂੰ ਆਸਣੋ ਤਾਰਾ ਇੱਕ ਪਲ ਵਿੱਚ, ਸੂਰਜ ਤੇ ਚੰਦ ਨੂੰ ਆਕਾਸ਼ੋਂ ਹੇਠਾਂ ਲਾ ਦਿਆਂ, ਆ ਫੌਜ ਬਾਈ ਧਾਰੀਆਂ ਦੀ ਕੋਮਲਾ ਹੈ ਗੱਲ ਕਿਹੜੀ, ਆ ਨਸਦੀ ਹੰਡੂਰ ਵੱਲ ਹੁਣੇ ਹੀ ਦਿਖਾ ਦਿਆਂ। ਬਾਬੇ ਬਚਿੱਤਰ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਆ ਨਾਗਣੀ ਵਰਸ਼ਾ, ਜਿਹੜਾ ਅੱਜ ਵੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਿਆ। ਬਾਬੇ ਬਚਿੱਤਰ ਸਿੰਘ ਨੂੰ ਬਖਸ਼ਿਆ ਇੱਕ ਉੱਡਣਾ ਘੋੜਾ, ਬਾਬੇ ਬਚਿੱਤਰ ਸਿੰਘ ਨੇ ਪਹਿਨੇ ਪੰਜੇ ਸ਼ਸਤਰ ਮਾਰ ਕੇ ਪਲਾਕੀ ਹੋ ਗਿਆ ਘੋੜੇ ਦੇ ਉੱਤੇ ਸਵਾਰ, ਉਧਰੋਂ ਹਾਥੀ ਵੱਧਦਾ ਤੁਰਿਆ ਆ ਰਿਹਾ, ਇਧਰੋਂ ਬੱਬਰ ਸ਼ੇਰ ਵੱਧਦਾ ਤੁਰਿਆ ਜਾ ਰਿਹਾ, ਤੱਕ ਹਾਥੀ ਨੂੰ ਸਾਹਮਣੇ ਉਹਨੇ ਪੜਿਆ, ਹੇ ਰਾਵ ਹੇ ਸੱਸ ਹੇ ਕਰੁਣਾ ਨਿਧ, ਮੇਰੀ ਅਭੈ ਬਿੰਤੀ ਸੁਣ ਲੀਜੈ, ਔਰ ਨਾ ਮੰਗਤ ਹਾਂ ਤੁਮ ਤੇ ਕੱਛ, ਚਾਹਤ ਹਾਂ ਚਿਤ ਮੈਂ ਸੋਈ ਕੀਜੈ, ਸੰਤ ਸਹਾਇ ਸਦਾ ਜਗ ਮਾਹੇ, ਕਿਰਪਾ ਕਰ ਸਿਆਮ ਇਹ ਵਰ ਦੀਜੈ, ਸ਼ਾਸਤਰਨ ਸਿਉ ਅਤ ਹੀਰਨ ਪੀਤਰ, ਜੂਜ ਮਰੋ ਤਉ ਸਾਚ ਭਤੀਜੈ, ਹਾਥੀ ਨੂੰ ਤੱਕੇ ਮਾਰ ਦੇ ਥੱਲੇ, ਸੂਰਮਾ ਹੋ ਗਿਆ ਰਕਾਬਾਂ ਤੇ ਖੜਾ, ਉਹਨੇ ਛੱਡਿਆ ਜਕਾਰਾ, ਬਈ ਮਾਰ ਕੇ ਲਲਕਾਰਾ, ਉਲਾਰ ਕੇ ਨਾਗਣੀ ਹਾਥੀ ਦੇ ਮੱਥੇ ਤੇ ਬਾਰ ਕੀਤਾ, ਪਰਮਲਵਾਈ ਕੈਸੇ।
ਬਾਬਾ ਬਚਿੱਤਰ ਸਿੰਘ ਨੇ ਹਾਥੀ ਦੇ ਮੱਥੇ ਵਿੱਚ ਨਾਗਣੀ ਮਾਰੀ, ਸੱਤ ਤਵੀਆਂ ਸੀ ਉਹਨਾਂ ਨੂੰ ਬਿੰਨ ਕੇ ਮੱਥੇ ਦੇ ਵਿੱਚ ਜਾ ਕੇ ਧਸ ਗਈ। ਜਦੋਂ ਖਿੱਚੀ ਧੂ ਕੇ ਪਿਛਾਂ ਨੂੰ ਵਾਰ, ਹਾਥੀ ਕੋਲੋਂ ਪੀੜ ਬਰਦਾਸ਼ਤ ਨਾ ਹੋਈ, ਆਪਣੀ ਫੌਜ ਨੂੰ ਵੱਢਦਾ ਟੁੱਕਦਾ ਲਤਾੜਦਾ ਮਾਰਦਾ ਪਿਛਾਂ ਨੂੰ ਭੱਜਾ ਜਾ ਰਿਹਾ ਸੀ। ਜਦੋਂ ਆਪਣੀ ਹੀ ਫੌਜ ਹਾਥੀ ਨੇ ਵੱਢਣੀ ਸ਼ੁਰੂ ਕਰ ਦਿੱਤੀ, ਵੱਡੇ ਵੱਡੇ ਯੋਧੇ ਜਿਹੜੇ ਕਹਾਉਂਦੇ ਸੀ ਭੱਜਣੇ ਸ਼ੁਰੂ ਹੋ ਗਏ। ਰਾਜਾ ਕੇਸਰੀ ਚੰਦ ਜਿਹੜਾ ਕਸਮ ਖਾ ਕੇ ਆਇਆ ਸੀ ਕਿ ਅੱਜ ਮੈਂ ਗੁਰੂ ਨੂੰ ਜੰਜੀਰਾਂ 'ਚ ਬੰਨ ਕੇ ਲਿਆਵਾਂਗਾ, ਉਹ ਵੀ ਭੱਜ ਉੱਠਿਆ। ਬਾਬੇ ਉਦੈ ਸਿੰਘ ਨੇ ਭੱਜਦਾ ਵੇਖਿਆ, ਕਹਿੰਦਾ ਦੁਸ਼ਟਾ ਕਿੱਧਰ ਚੱਲਿਆ ਹੋਏ, ਤੂੰ ਤੇ ਕਹਿੰਦਾ ਸੀ ਗੁਰੂ ਦਾ ਸਿਰ ਵੱਢਣਾ, ਇੱਧਰ ਆ। ਗੁਰੂ ਦੇ ਸਿੱਖ ਨਾਲ ਹੀ ਦੋ ਦੋ ਹੱਥ ਕਰਕੇ ਵੇਖ ਲੈ, ਉਹਨੇ ਖਿੱਚੀ ਤਲਵਾਰ ਭਾਈ ਸਾਹਿਬ ਦੇ ਉੱਤੇ ਵਾਰ ਕੀਤਾ। ਇੱਧਰੋਂ ਬਾਬੇ ਉਦੈ ਸਿੰਘ ਨੇ ਸਰ ਕਰਦੀ ਧੂਈ ਮਿਆਂ ਚੋਂ ਤਲਵਾਰ ਉਹਦੇ ਉੱਤੇ ਵਾਰ ਕੀਤਾ। ਉਹਦਾ ਕੱਦੂ ਵਰਗਾ ਸਿਰ ਬਾਬੇ ਉਦੈ ਸਿੰਘ ਨੇ ਇੱਕੋ ਹੀ ਤੇਗ ਮਾਰ ਕੇ ਵੱਢ ਸੁੱਟਿਆ। ਉਹਦੇ ਸਿਰ ਨੂੰ ਕਰਪੇ ਬਰਸ਼ੇ ਦੇ ਵਿੱਚ ਅੜਾ ਲਿਆ ਤੇ ਆ ਨੇਜ਼ੇ ਉੱਤੇ ਟੰਗ ਲਿਆ। ਪਿਆਰਿਓ, ਟੰਗ ਕੇ ਨੇਜ਼ੇ ਤੇ ਪੂਰੇ ਜੰਗ ਦਾ ਗੇੜਾ ਦਿੱਤਾ। ਕਹਿੰਦਾ ਹੈ ਕੋਈ ਜਿਹੜਾ ਅੱਜ ਵੀ ਸਿੱਖਾਂ ਦੇ ਨਾਲ ਲੜਨਾ ਚਾਹੁੰਦਾ? ਸਾਰੀਆਂ ਫੌਜਾਂ ਭੱਜ ਗਈਆਂ। ਬਾਬਾ ਉਦੈ ਸਿੰਘ, ਬਾਬਾ ਬਚਿੱਤਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਬਾਬਾ ਆਲਮ ਸਿੰਘ ਜੀ ਉੱਡਣੇ ਵਰਗੇ ਸਿੱਖ ਜਕਾਰਾ ਛੱਡਦੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਆ ਗਏ। ਮਹਾਰਾਜ ਦੇ ਚਰਨਾਂ ਵਿੱਚ ਲਿਆ ਕੇ ਕੇਸਰੀ ਚੰਦ ਦਾ ਸਿਰ ਰੱਖਿਆ। ਕਹਿੰਦੇ ਮਰ ਜਾ ਉਸ ਦੁਸ਼ਟ ਦਾ ਸਿਰ ਜਿਹੜਾ ਕਹਿੰਦਾ ਸੀ ਮੈਂ ਕਲਗੀਆਂ ਵਾਲੇ ਨੂੰ ਬੰਨ ਕੇ ਲਿਆਉਣਾ। ਸੱਚੇ ਪਾਤਸ਼ਾਹ ਨੇ ਸਿੰਘਾਂ ਨੂੰ ਗਲਵੱਕੜੀ ਵਿੱਚ ਲਿਆ, ਸਿਰੋਪੋ ਬਖਸ਼ੇ, ਜੰਗ ਸਿੰਘਾਂ ਨੇ ਜਿੱਤਿਆ। ਔਰ ਦੁਨੀਆਂ ਦੇ ਲੋਕਾਂ ਨੂੰ ਇਹ ਗੱਲ ਦੱਸ ਦਿੱਤੀ ਭਈ ਖਾਲਸਾ ਕਦੇ ਆਪਣੇ ਗੁਰੂ ਦੇ ਵੱਲ ਉੱਠਣ ਵਾਲੀਆਂ ਉਂਗਲਾਂ ਨਹੀਂ ਛੱਡਦਾ। ਉਹ ਸਾਡਾ ਅੱਜ ਤੱਕ ਦਾ ਇਤਿਹਾਸ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਹ ਲਾਡਲੀਆਂ ਫੌਜਾਂ ਪ੍ਰਗਟ ਕੀਤੀਆਂ, ਜਿਹੜੀਆਂ ਫੌਜਾਂ ਨੇ ਅਟਕ ਵਰਗੇ ਦਰਿਆ ਵੀ ਅਟਕਾ ਦਿੱਤੇ। ਦੁਨੀਆਂ ਜਾਣਦੀ ਏ ਬਾਬਾ ਫੂਲਾ ਸਿੰਘ ਨੂੰ, ਉਹ ਦੁਨੀਆਂ ਜਾਣਦੀ ਏ ਇਹਨਾਂ ਨਿਹੰਗ ਸਿੰਘਾਂ ਨੂੰ। ਅੱਜ ਵੀ ਦੁਨੀਆਂ ਦੇ ਉੱਤੇ ਨਿਹੰਗ ਸਿੰਘਾਂ ਦੇ ਦਮਾਲਿਆਂ ਦੀ ਸ਼ਾਨ ਨਿਰਾਲੀ ਏ, ਇਹਨਾਂ ਦੀ ਸ਼ਾਨ ਸੰਸਾਰ ਨਾਲੋਂ ਵੱਖਰੀ ਏ। ਮਹਾਰਾਜ ਦੀ ਮਰਿਆਦਾ ਨੂੰ ਜੇ ਅੱਜ ਵੀ ਕਿਸੇ ਨੇ ਸਾਂਭਿਆ, ਉਹ ਨਿਹੰਗ ਸਿੰਘ ਜਥੇਬੰਦੀਆਂ ਨੇ ਜਿਹੜੇ ਅੱਜ ਵੀ ਘੋੜਿਆਂ ਦੀ ਸੇਵਾ ਕਰਦੇ ਨੇ, ਜਿਹੜੇ ਅੱਜ ਵੀ ਦਲ ਪੰਥ ਚਲਾਉਂਦੇ ਨੇ, ਅੱਜ ਵੀ ਨਗਾਰੇ ਖੜਕਦੇ ਨੇ, ਜੋਧੇ ਗੱਜਦੇ ਨੇ ਸਿੰਘਾਂ ਦੀ ਨਿਰਾਲੀ ਸ਼ਾਨ ਨੂੰ ਤੱਕ ਕੇ। ਆ ਹੋਲੇ ਮਹੱਲੇ ਦੇ ਦਿਹਾੜੇ ਦੇ ਉੱਤੇ ਨਿਹੰਗ ਸਿੰਘਾਂ ਨੂੰ ਗੱਤਕਾ ਖੇਡਦਿਆਂ ਤੱਕ ਕੇ, ਹੋਲਾ ਖੇਡਦਿਆਂ ਤੱਕ ਕੇ। ਆ ਸ਼ਾਇਰ ਕਹਿੰਦਾ ਹੋਇਆ ਸਿੰਘਾਂ ਦੇ ਦਮਾਲਿਆਂ ਦੀ ਸ਼ਾਨ ਵੱਖਰੀ। ਸਿੰਘਾਂ ਦੇ ਦਮਾਲਿਆਂ ਦੀ ਸ਼ਾਨ ਵੱਖਰੀ, ਸਿੰਘਾਂ
ਝੰਡੇ ਝੂਲਦੇ ਨੇ, ਓਹੀਓ ਪਰਚਮ ਆਕਾਸ਼ ਤੇ ਫੜਕਦੇ ਨੇ, ਜਿਸ ਵਿੱਚ ਨਾੜ ਸ਼ਹੀਦਾਂ ਦੀ ਚੱਲਦੀ ਹੈ, ਜਿਸ ਵਿੱਚ ਦਿਲ ਸ਼ਹੀਦਾਂ ਦੇ ਧੜਕਦੇ ਨੇ। ਸ਼ਹੀਦਾਂ ਦੇ ਵਾਰਸੋ, ਤੁਹਾਡੇ ਵੱਡੇ ਵਡੇਰਿਆਂ ਨੇ ਸਿਰਾਂ ਵੱਟੇ ਸਰਦਾਰੀਆਂ ਲਈਆਂ ਨੇ, ਐਵੇਂ ਅੱਜ ਭੰਗ ਦੇ ਪਹਾੜੇ ਨਾ ਗਵਾਈ ਚੱਲੋ। ਉਹ ਬੱਬਰ ਸ਼ੇਰਾਂ ਦੇ ਪੁੱਤਰ ਹੋ, ਭੇਡਾਂ ਬੱਕਰੀਆਂ ਦੇ ਵਿੱਚ ਨਾ ਰੜੋ, ਉਹੋ ਜਿਹੇ ਬਣ ਕੇ ਧਰਤੀ ਦੇ ਤਖਤੇ ਉੱਤੇ ਰਵੋ ਜਿਹੋ ਜਿਹੇ ਮਹਾਰਾਜ ਨੇ ਬਣਾਇਆ। ਜੇ ਉਹੋ ਜਿਹੇ ਬਣ ਕੇ ਰਹੋਗੇ ਫਿਰ ਕੀ ਹੋਵੇਗਾ? ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਅੰਤ ਵਿੱਚ ਸ਼ਮਾਰੂ ਕੰਪਨੀ ਸ਼ਾਈਨ ਸਟਾਰ ਕੰਪਨੀ ਦੇ ਓਨਰ ਸਰਦਾਰ ਬਬਲੀ ਸਿੰਘ ਜੀ ਦਾ ਬਹੁਤਾ ਬਹੁਤਾ ਧੰਨਵਾਦ। ਆਓ ਜੀ, ਦਾਸ ਤਰਸੇਮ ਸਿੰਘ ਮੋਰਾਂ ਵਾਲੀ ਦਾ ਜਥਾ, ਜਸਵੰਤ ਸਿੰਘ ਕਮਲ, ਗੁਰਜੀਤ ਸਿੰਘ ਗੌਰੀ, ਸਾਰੰਗੀ ਮਾਸਟਰ ਜਰਨੈਲ ਸਿੰਘ ਗਿੱਲ ਪਰੋਜ਼ਵਾਲ ਦੀ ਬੁਲਾਈ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।